ਟਿੱਪਣੀਆਂ ਬਟ ਸਤਸੰਗ ਜੀ ਇਨ ਫਰੰਟ ਆਫ ਗੁਰੂ ਗ੍ਰੰਥ ਸਾਹਿਬ ਸਮ ਪੀਪਲ ਦੋ ਦੇ ਨੋ ਦਾ ਰਿਐਲਿਟੀ ਦੇ ਸੀ ਦਾ ਰਿਐਲਿਟੀ ਦੇ ਨੋ ਐਵਰੀਥਿੰਗ ਬਟ ਫਰੋਮ ਦੇਅਰ ਮਾਊਥ ਦੇ ਨੈਵਰ ਐਪਰੀਸ਼ੀਏਟ ਨੋਬਾਡੀ ਦੈਟ ਇਜ਼ ਦਾ ਬਿਗੈਸਟ ਸ਼ਾਰਟ ਕਮਿੰਗ ਆਫ ਵੀ ਆਰਟਿਸਟ ਐਂਡ ਵੀ ਕੀਰਤਨੀਆਜ ਹਾਊ ਕੈਨ ਵੀ ਬੀ ਐਕਸੈਪਟਿਡ ਟੂ ਗੁਰੂ ਗ੍ਰੰਥ ਸਾਹਿਬ ਬਿਕੋਜ਼ ਵੀ ਡੂ ਨਾਟ ਹੈਵ ਦਾ ਕਰੇਜ ਟੂ ਸੇ ਦਾ ਟਰੁੱਥ ਆਰ ਟਰੁੱਥ ਐਂਡ ਵੀ ਆਲਵੇਜ਼ ਹਾਈਡ ਇਟ ਇਨ ਓਵਰ ਸੈਲਫ ਐਂਡ ਦ ਡੇ ਵੀ ਆਰ ਫਰੀ ਫਰੋਮ ਦੈਟ ਪ੍ਰੋਬਲਮ ਸੱਚ ਨੂੰ ਸੱਚ ਨਾ ਆਖਣਾ ਬਟ ਆਈ ਐਮ ਸੋ ਥੈਂਕਫੁਲ ਟੂ ਆਲ ਆਫ ਯੂ ਐਂਡ ਸਪੈਸ਼ਲ ਭਾਈ ਸਾਹਿਬ ਤੁਹਾਨੂੰ ਵੀ ਭਾਈ ਸਾਹਿਬ ਅਤੇ ਉਹਨਾਂ ਦੇ ਤਬਲੇ ਵਾਲੇ ਭਾਈ ਸਾਹਿਬ ਜੀ ਨੂੰ ਹਾਂ ਆਈ ਰਿਮੈਂਬਰ ਇਨ ਦਾ ਅਦਰ ਕੀਰਤਨ ਆਲਸੋ ਆਈ ਸੈਡ ਆਈ ਥਿੰਕ ਇਨ ਹਿਕਸਵਿਲ ਵੈਨ ਆਈ ਵਾਸ ਡੂਇੰਗ ਕੀਰਤਨ ਸਮ ਰਿਪੋਰਟਰ ਆਸਕ ਮੀ ਦੈਟ ਭਾਈ ਸਾਹਿਬ ਹਾਊ ਡਿਡ ਯੂ ਹਾਊ ਯੂ ਲਰਨ ਕੀਰਤਨ ਆਈ ਸੈਡ ਆਈ ਡਿਡਨਟ ਲਰਨ ਇਟ ਇਜ਼ ਦਾ ਬਲੈਸਿੰਗ ਆਫ ਮਾਈ ਮਦਰ ਆਖੋ ਸਾਰੇ ਸਤਨਾਮ ਆਈ ਡਿਡਨਟ ਲਰਨ ਇਟ ਇਟ ਇਜ਼ ਦਾ ਬਲੈਸਿੰਗ ਆਫ ਮਾਈ ਮਦਰ ਮੈਨੂੰ ਮਾਂ ਦੀ ਕੋਈ ਦੁਆ ਲੱਗ ਗਈ ਸੀ ਕਿ ਮੈਂ ਕੀਰਤਨ ਕਰ ਰਿਹਾ ਮੈਨੂੰ ਜਿੰਨਾ ਕੁ ਆਉਂਦਾ ਹੈ ਥੋੜ੍ਹਾ ਬਹੁਤ ਸਾਧ ਸੰਗਤ ਜੀਓ ਹਰ ਕੋਈ ਆਪਣੇ ਆਪ ਨੂੰ ਸੁਲਾਉਂਦਾ ਹੈ ਸਭ ਕੋ ਪੂਰਾ ਆਪੇ ਹੋਏ ਘੱਟ ਨਾ ਕੋਈ ਆਖੇ ਮੈਂ ਆਪਣੇ ਆਪ ਨੂੰ ਵੀ ਕਹਿੰਦਾ ਹਾਂ ਜਿਸ ਦਿਨ ਮੈਨੂੰ ਵੀ ਸਮਝ ਆ ਜਾਏ ਮੈਨੂੰ ਹਾਲੇ ਕੁਝ ਨਹੀਂ ਆਉਂਦਾ ਆਈ ਐਮ ਇਨ ਦਾ ਪਰਸਿਊਟ ਆਫ ਲਰਨਿੰਗ ਐਂਡ ਮੇ ਮਾਈ ਲਾਈਫ ਐਂਡ ਮੇ ਓਵਰ ਲਾਈਫ ਐਂਡ ਇਨ ਲਰਨਿੰਗ ਗੁਰੂ ਗ੍ਰੰਥ ਸਾਹਿਬ ਇਜ਼ ਅ ਗ੍ਰੇਟ ਟ੍ਰਾਈਅਰ ਵੀ ਕੈਨ ਨੈਵਰ ਬਟ ਵਨ ਥਿੰਗ ਦੋ ਆਈ ਡੂ ਐਨੀਥਿੰਗ ਇਫ ਈਦਰ ਆਈ ਸਮਬੜੀ ਲਾਈਕਸ ਮੀ ਔਰ ਡਿਸਲਾਈਕਸ ਮੀ ਬਟ ਵਨ ਥਿੰਗ ਆਈ ਵੁੱਡ ਲਾਈਕ ਟੂ ਡੂ ਆਈ ਵੁੱਡ ਲਾਈਕ ਟੂ ਪ੍ਰੀਚ ਗੁਰੂ ਗ੍ਰੰਥ ਸਾਹਿਬ ਪ੍ਰੀਚਿੰਗਸ ਐਂਡ ਪ੍ਰੀਚਿੰਗ ਐਂਡ ਦਾ ਰਾਗਸ ਆਫ ਗੁਰੂ ਗ੍ਰੰਥ ਸਾਹਿਬ ਭਾਈ ਸਾਹਿਬ ਅਗੇਨ ਥੈਂਕ ਯੂ ਵੈਰੀ ਮੱਚ ਸਤਵਿੰਦਰ ਤੁਸੀਂ ਬੜੇ ਵੱਡੇ ਕੀਰਤਨੀ ਹੋ ਸਾਡੇ ਛੋਟੇ ਜਿਹੇ ਕੀਰਤਨੀਆਂ ਨੂੰ ਤੁਸੀਂ ਇੰਨੇ ਵੱਡੇ ਲਫਜ਼ ਆਖੇ ਹਨ ਗੁਰੂ ਪਾਤਸ਼ਾਹ ਕਿਰਪਾ ਕਰੇ ਸਾਧ ਸੰਗਤ ਜੀਓ ਸਰਤ ਨਾ ਸਿਰ
Again, I didn't want to disrupt, but Sarang Mahalla Chautha by Guru Ramdas. Though you have paper in your hands, I think it was not given, sorry. Guru Ramdas Maharaj, I am singing it in Partal, a shali where you have to change the tal. Aur ਇਹ ਜੋ ਪੜਤਾਲ ਹੈ ਪਹਿਲਾਂ ਅਸੀਂ ਪੰਜ ਤਾਲ ਦੀ ਸਵਾਰੇ ਵਿੱਚ 15 ਮਾਤਰਾ ਵਿੱਚ ਗਾ ਰਹੇ ਹਾਂ ਉਸ ਤੋਂ ਬਾਅਦ ਇਹਨੂੰ ਇੱਕ ਤਾਲੇ 'ਚ ਬੜੀ ਪੁਰਾਤਨ ਰੀਤ ਹੈ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਿਸ ਪਲੇਸ ਇਜ਼ ਬਲੈਸਡ ਬਾਏ ਗੁਰੂ ਰਾਮਦਾਸ ਮਹਾਰਾਜ ਆਖੋ ਸਾਰੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਸੋਢੀ ਸ੍ਰਿਸ਼ਟ ਸਗਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ And just for my experiment's sake, I would say ki tusi vi mere naal panch taal di suwari kavo. Te phir lokaan nu kehna si panch taal di suwari gaai hai. Aakho sare. Jap man Sri Ram, Ram. Jap man Sri Ram, Ram. Jap man Sri Ram, Ram. सत सत राम बोलो भैया सत पढ़ो सारे सत सत राम बोलो भैया दोबारा को सत सत राम बोलो भैया सत राम 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 सत Sri Ram, 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 Jap man, Sri Ram, 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 Jap man, Sri Ram, 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 Jap.
ਆਖੇ ਰਾਮ ਆਪੇ ਆਪ ਆਪੇ ਰਾਮ ਆਵਾਜ਼ ਨਹੀਂ ਆ ਰਹੀ ਰਾਮ ਆਪੇ ਆਪ ਆਪੇ ਰਾਮ ਆਪੇ ਸਭ ਕਰਤਾ ਰਾਮ ਆਪੇ ਸਭ ਕਰਤਾ ਰਾਮ ਰਾਮ ਆਪੇ ਆਪ ਆਪੇ ਰਾਮ ਆਪੇ ਆਪ ਸਭ ਕਰਤਾ ਰਾਮ ਆਪੇ ਸਭ ਕਰਤਾ ਰਾਮ ਰਾਮ ਆਪੇ ਸਭ ਤਜ ਰਾਮ ਆਪੇ ਰਾਮ ਆਪੇ ਸਭ ਤਜ ਰਾਮ 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 ਆਪੇ ਆਪ ਆਪੇ ਰਾਮ ਆਪੇ ਆਪ ਸਭ ਕਰਤਾ ਰਾਮ ਆਪੇ ਸਭ ਕਰਤਾ ਰਾਮ ਆਪੇ ਰਾਮ ਆਪੇ ਸਭ ਤੇ ਰਾਮ ਦਰ ਬਬਨ ਨਿਜ਼ਾ ਨਿਜ਼ਾ ਰਾਮ ਆਪੇ ਬਬਨ ਨਿਜ਼ਾ 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 ਬਨ ਮਾ ਨਿਜ਼ਾ 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 ਰਾਮ ਆਪੇ ਰਾਮ ਆਪੇ ਸਭ ਕਰਤਾ ਸਤਸੰਗ ਜੀਓ ਅਸੀਂ ਕਿਉਂ ਕਹਿ ਰਹੇ ਹਾਂ ਆਪ ਬੋਲੋ ਮੈਂ ਅੱਜ ਕੀਰਤਨ ਚ ਖੁਲਾਸਾ ਕਰਾਂਗਾ ਕਿਉਂ ਕਹਿ ਰਹੇ ਹਾਂ ਰਾਮ ਆਪੇ ਆਪ ਆਪੇ ਰਾਮ ਆਪੇ ਸਭ ਕਰਤਾ ਰਾਮ ਆਪੇ ਸਭ ਕਰਤਾ ਰਾਮ ਰਾਮ ਆਪੇ ਸਭ ਤੇ ਜਗੈ ਰਾਮ ਆਪੇ ਜਿਸ ਆਪ ਕੀ ਰੂਪਾ ਕਰੇ ਜਿਸ ਆਪ ਕੀ ਰੂਪਾ ਪੜੋ ਜਿਸ ਆਪ ਕਿਰਪਾ ਕਰੇ ਜਿਹੜਾ ਨਹੀਂ ਨਾ ਪੜਦਾ ਇਹਦਾ ਮਤਲਬ ਉਹਨੇ ਕਿਰਪਾ ਲੈਣੀ ਨਹੀਂ ਹੈ ਜੇ ਨਹੀਂ ਲੈਣੀ ਤੇ ਨਾ ਪੜੋ ਭਾਵੇਂ ਜਿਵੇਂ ਮਰਜ਼ੀ ਪੜੋ ਕੱਲ ਮੇਰਾ ਲੜਕਾ ਕਹਿਣ ਲੱਗਾ ਤਾਇਆ ਜੀ ਇੱਕ ਥੋੜੀਆਂ ਆਵਾਜ਼ਾਂ ਮੈਂ ਕਿਹਾ ਪੁੱਤਰ ਨੇ ਕੀਰਤਨ 'ਚ ਜਿਹੜਾ ਮਰਜ਼ੀ ਪੜੇ ਅਸੀਂ ਇੱਥੇ ਕੋਈ ਗਾਣ ਦਾ ਕੋਈ ਇੱਥੇ ਕੰਪੀਟੀਸ਼ਨ ਨਹੀਂ ਕੀਤਾ ਪਰ ਜੇ ਸੁਰ ਵੀ ਹੋਵੇ ਤਾਲ ਵੀ ਹੋਵੇ ਤੇ ਕਿਸੇ ਦਾ ਭਲਾ ਵੀ ਹੋਵੇ ਆਖੋ ਸਾਰੇ ਸਤਨਾਮ ਸੁਰ ਵੀ ਹੋਵੇ ਤਲ ਵੀ ਹੋਵੇ ਗੁਰੂ ਗ੍ਰੰਥ ਸਾਹਿਬ ਵੀ ਹੋਣ ਸੰਗਤ ਵੀ ਹੋਵੇ ਅਤੇ ਕਿਸੇ ਮੇਰੇ ਵਰਗੇ ਦਾ ਭਲਾ ਵੀ ਹੋ ਜਾਏ ਔਗਣਹਾਰੇ ਦਾ ਜੇ ਕੋਈ ਰਾਮ ਕਹੇਗਾ ਸ਼ਾਇਦ ਪਤਾ ਨਹੀਂ ਨਾਲ ਵਾਲਾ ਕਿੱਡਾ ਭਾਗਾਂ ਵਾਲਾ ਹੈ ਜਾਂ ਨਹੀਂ ਭਾਗਾਂ ਵਾਲਾ ਉਹਦੇ 'ਤੇ ਵੀ ਕਿਰਪਾ ਹੋ ਜਾਵੇ ਪੜੋ ਆਖੋ ਸਾਰੇ ਜਿਸ ਆਪ ਕਿਰਪਾ ਕਰੇ ਆਪ ਕਿਰਪਾ ਕਰੇ ਆਪਣੇ ਪੁੱਤਰ ਨੂੰ ਜੇ ਵੇਖ ਰਿਹਾ ਉਹਨੂੰ ਕਹੋ ਕਿ ਮਾਈਕ ਨਾਲ ਲੱਗ ਕੇ ਆਵਾਜ਼ ਨਹੀਂ ਲੱਗਦੀ ਆਪ ਕਿਰਪਾ ਆਪ ਕਿਰਪਾ ਆਪ ਕਿਰਪਾ ਕਿਰਪਾ ਆਪ ਕੀ ਰੂਪਾ ਕਰੇ ਆਪ ਕੀ ਰੂਪਾ ਕਰੇ ਮੇਰਾ ਨਾਮ ਰਾਮ ਰਾਏ ਮੇਰਾ ਨਾਮ ਰਾਮ ਰਾਏ ਸੋ ਜਨ ਰਾਮ ਨਾਮ ਸੋ ਜਨ ਰਾਮ ਨਾਮ ਲਿਵ ਲਗੇ ਜਪ ਮਨ ਸ੍ਰੀ ਰਾਮ ਰਾਮ ਜਪ ਜਪ ਮਨ ਸ੍ਰੀ ਰਾਮ ਰਾਮ
That Guru has come to my side. Jan Nanak ka ang kiya. Guru is on my side. Was what has happened to me? All my adversaries, all my enemies, they have gone away. Guru kripa kare sab to vadde sade dushman han kaam krodh lobh moh te hankar. Kripa kare. Jan Nanak ka ang kiya Jan Nanak ka दुश्मन दूत भगे सब भगे जप मन श्री राम
Satsang Jiyo, if from Kirtan, if we do not take anything home, it means it's a wastage of our sitting. Tanguru. By our ancestor, they always, by every Shabbat, they used to do some war of Bhai Gurdas Ji. Bhai Gurdas, uncle of Guru Arjan Dev Maharaj, Mama Ji, son Guru Arjan Dev Patshah. And the Bani of Bhai Gurdas Ji is called the key to Guru Granth Sahib. Bhai Gurdas Ji Bani is called the key. That Guru Granth Sahib Bani is a treasure and very difficult to understand. And if you want to open the lock, you must use key. The key is needed to open the lock. And this is the war Bhai Gurdas Ji kare han. Hoye brikt binarsi. Rehna Ramanand Gosai. Bhai Gurdas Ji is saying, Ramanand Gosai, Ramanand Brahman who used to live in Banaras. And in the morning he used to take bath in Ganga, in holy Ganga. He used to take bath every day. And before he goes to Ganga that day, Kabir Ji went before him and lay on his way. Ago he di jai ke lamma peya Kabir the thai pairu tumb utha liya by touching his feet, because Kabir was lying in front of him. By touching his feet, he wakened Kabir Sahib and akhya, bolo Ram, chant the name of Ram. A great spiritual teaching. Bolo Ram. This teaching was given to him. Satsang Jiyo, sade man vi sutte hoye han. Guru Patshah bar bar kehnde han, bas assi kamai kari jaane ha, kapde pai jaane ha, khai jaane ha, sutte hoye ha. Nothing else. We don't have any realization in life. Bhai Sahib keh rahe han ki in Guru Granth Sahib, Ramanand Ji has only one Shabad and Kabir Ji, you have a lot of Bani of Kabir Ji. Kabir Ji wanted to have a Guru, but the disciple of Ramanand Ji won't let me, Kabir Sahib meet Ramanand Ji, because he wanted to have Naam from Ramanand Ji, a great Brahman. And his disciple won't let Kabir Ji to meet Ramanand Ji. So that is why Ramanand Ji in the morning lay in the way of Ramanand. Ramanand Ji, by touching his feet, said,
ਵੇਖਣੋ ਰਾਮ ਕੇ ਬੰਦੇ ਰਾਮ ਕੋ ਉਠ ਪੈਰੀ ਟੁੰਬ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ ਦਿਸ ਗ੍ਰੇਟ ਟੀਚਿੰਗ ਵਾਸ ਗਿਵਨ ਟੂ ਕਬੀਰ ਜੀ ਦੈਟ ਇਜ਼ ਵਾਈ ਵੀ ਸੇ ਬਈ ਰਾਮ ਬੋਲੋ ਰਾਮ ਸਿੱਖ ਸਮਝਾਈ ਜੋ ਲੋਹਾ ਪਾਰਸ ਛੂਵੇ ਜੋ ਲੋਹਾ ਪਾਰਸ ਛੂਵੇ ਚੰਦਰ ਵਾਸ ਨਿੰਮ ਬਹਿਕਾਈ ਦ ਟਚਿੰਗ ਆਫ ਦ ਫੀਟ ਇਜ਼ ਜਸਟ ਲਾਈਕ ਅ ਫਿਲਾਸਫਰ ਸਟੋਨ ਇਫ ਇਟ ਟਚਿਸ ਦ ਆਇਰਨ ਇਟ ਮੇਕਸ ਇਟ ਗੋਲਡ ਐਂਡ ਨਿੰਮ ਦਾ ਪੇੜ ਹੋਵੇ ਨਾ ਜੇ ਸੰਦਲ ਉਹਦੇ ਕੋਲ ਲੈ ਆਓ ਤੇ ਉਹ ਨਿੰਮ ਵੀ ਮਹਿਕਣ ਲੱਗ ਪੈਂਦੀ ਹੈ ਮਗਰ ਉਹ ਸੈਠੀ ਟ੍ਰੀ ਯੂ ਨੋ ਇਫ ਇਟ ਇਜ਼ ਫ੍ਰੈਗਨੈਂਟ ਬਾਏ ਦਾ ਸੰਦਲ ਟ੍ਰੀ ਗਿਵਸ ਦਾ ਫ੍ਰੈਗਨੈਂਸ ਆਫ ਚੰਦਨ ਭਾਈ ਗੁਰਦਾਸ ਜੀ ਸੇਇੰਗ ਦੈਟ ਫਰੋਮ ਦ ਐਨੀਮਲਸ ਐਂਡ ਦ ਗੋਸਟ ਇਫ ਦ ਗੁਰੂ ਇਜ਼ ਗ੍ਰੇਸ਼ੀਅਸ ਗੁਰੂ ਕੈਨ ਟਰਨ ਯੂ ਇਨ ਟੂ ਐਂਜਲਸ ਅਚਰਜ ਮਿਲੇ ਵਿਸਮਾਦੇ ਵਿਸਮਾਦ ਵਾਹ ਵਾਹ ਰਾਮ ਕਬੀਨਾ ਵਿਸਮਾਦੇ ਵਿਸਮਾਦ ਸਮਾਈ ਚਰਨਾ ਚੜਦਾ ਨਿਜਰੋਂ ਗੁਰਮੁਖ ਬਾਣੀ ਅਗੜ ਕਢਾਈ ਰਾਮ ਕਬੀਰ ਭੇਦ ਨ ਪਾਈ ਰਾਮ ਕਬੀਰ ਭੇਦ ਨ ਪਾਈ So, Satsang Ji, today lesson will be, if Kabir Bhai is touched by, Kabir Bhai is touched by Ramanand feet, what happened? Ram Kabir Pedna Khai. There is no difference between Kabir, Ramanand and Vaheguru. So, Satsang Ji, let our hearts be touched by the Gurbani. I am also telling to myself also, if we can ever shed over anger, over lust, over attachment, over greeds. Par akho Ram Ram akho shayad Guru Kirpa kare. Bol Ram 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 Bol Ram 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 Bol Ram ਬੋਲ ਰਾਮ ਰਾਮ ਬੋਲੋ ਭਾਈ ਰਾਮ ਰਾਮ ਬੋਲ ਰਾਮ ਰਾਮ ਜਗ ਮਨ ਕੇ ਸਗਲ ਜਗ ਮਨ ਕੇ ਸਗਲ ਰਾਮ ਰਾਮ ਬੋਲ ਰਾਮ 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 ਬੋਲ ਰਾਮ ਰਾਮ ਬੋਲ ਰਾਮ ਬੋਲ ਰਾਮ ਬੋਲ ਰਾਮ ਪੜੋ ਬਈ ਰਾਮ ਬੋਲ ਰਾਮ ਬੋਲ ਰਾਮ ਬੋਲ ਰਾਮ ਜਗ ਮਨ ਕੇ ਸਗਲ ਕਾ ਜਗ ਮਨ ਕੇ ਜਗ ਮਨ ਕੇ ਸਗਲ ਕਾ ਜਗ ਮਨ ਕੇ ਸਗਲ ਕਾ ਜਗ ਮਨ ਕੇ ਰਾਮ ਬੋਲ ਬੋਲ ਰਾਮ ਰਾਮ ਬੋਲ ਰਾਮ 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 ਬੋਲ ਰਾਮ ਬੋਲਤ ਮੁਖ ਪਵਿੱਤ ਹੋਏ ਬੋਲਤ ਮੁਖ ਪਵਿੱਤ ਹੋਏ ਜਿਸ ਮਰਤ ਨਿਰਮਲ ਹੈ ਸੋਏ ਜਿਸ ਅਰਧ ਜਮ ਕਿਛ ਨ ਕਹੇ
जिस अनंत जन्म पीछे जिस अनंत जन्म किछु ना कहे जिस अनंत जन्म किछु ना कहे जिस अनंत जन्म किछु जिसकी सेवा सब किछु ले राम राम बोल राम 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 बो राम राम जब मन के सगल पार जिसके थारे करने पास कट कट जिसका है परगा जिस मरत पतत पुनीत होए जिस मरत पतत पुनीत होए अंत काल फिर ना रोए मेरा दिल नहीं सी करदा ये तू कह रही है जिस सिमरत पतित पुनीत होए ईमन ईमन दा सिनरदार प्योरीफाइड बाय सेइंग राम तुसी ते इन्ने गुरमुख हो जिस सिमरत पतित पुनीत होए अंतकाल फिर ना रोए हुण जिहड़ा पंजाबा सठा तो उत्ते है वो सोच लो कि साडा किन्ना कु टाइम है ये मैं अपने लिए कह रहा जवाना लई नहीं है इट्स नॉट फॉर द यंगस्टर इट्स फॉर अस हू हैज वी हैव आई थिंक स्पेंट ओवर टाइम The other day I was talking to somebody, how long can we expect to live? 70, 75, 80? Or maybe 85? How many years? 10, 15? Antakal. And by this age, you know, you start expecting that somebody should love, somebody should respect you, but you will never get if you have not given. So, Satsanga Ji, those who chant Ram, those who say Ram, those who come to Gurdwara, those who do part, those who do service, those who do goods, those who thinks well, those who are free from anger, those who never say insipid words, those who are not greedy. They would not antakal phir na roye, they would not cry, they wouldn't wail at the end of their life. But if a person has done nothing in his life, definitely be ready for that. साढ़े पिता जी रीत गाया करते सन भूल मन कपट 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 नहीं कीजे भूल मन कपट 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 नहीं कीजे मन मेरे भूले कपट न कीजे कपट न कीजे मन मेरे भूले कपट न कीजे आखो सारे मन मेरे भूले कपट न कीजे अंतन बेदा तेरे जीव लीजे भूले मन भूले मन कपट 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 नहीं कीजे नहीं कीजे भूल मन
कपट 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 नहीं कीजे भूले मन भूले मन कपट 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 मन मेरे भूले कपट ना कीजे माई माइंड अपने मन नु समझा लवो सुख ओही पाएगा जेड़ा सुख दवेगा बहु परपंच कर पर धन लियावे असी सारी उम्र अमरीका या इंडिया च इंडिया च ते खैर नहीं मैं कहांगा उत्थे मां प्यो दे मकान हुंदे हन इत्थे सारी उम्र असी मकान बणांदे रहने बहु परपंच कर पर धन लियावे सुत दारा बयान लुटावे मन मेरे पुने कपट ना कीजे अंत न बेरा तेरे जेह पहली जे छिन छिन तन छीजे जरा जना वे कदी लत हाथ लक नू फड़ीदा ते कदी पैर नू फड़ीदा जो उम्र हो जाए तन छिजदा है तन छिज जांदा है आखो सारे सतनाम बड़े बड़े बहादुर वेखे जेडे कहंदे जी मैं किलो घ्यो पी जाना एक माई सानू कहने लगी साडे पिंड असीं कीनिया गए कहने लगे एक माता नू पता लग गया रस्ते विच चोर पैंदे आ उहदे कोल किलो घ्यो सी उह कहंदी हुण मैनू की पैणगे कल्ली आप ही पी गई तगड़े लोग सी अजकल असी लोग वेख लो एक बर्फी का पीस खाना पै जाए तो डरने नहीं जी नो थैंक यू इंग्लिश कहना थैंक यू किसी कहो ना कि क्या हाल है तेरा कहना जी लख लख शुगर है अल्लाह की लख लख शुगर है सो सात संगत जी हो जिंदगी बिच रोना ही रोना है जे हस के जिंदगी बता लीए पर हसन नाल इहदा इह भी मतलब है जे समझ जाइए तो कोई चंगा काम करिए छिन छिन तल छीजे जरा जना जरा जना नाद तब तेरियो को कोई पानियो ना तब तेरियो कोई पानियो न पावे कहत कबीर कोई दिवस गवाया खाए
हीरे जैसा जन्म है कौड़ी बदले जाए. सो सात संगे जी हो द गुरुमुख प्यारे फैमिली ऑफ Hari Rai and Jora Singh ji, the other days they wanted me to, we were talking and they to relate that. And Pai Sahib, on our way when we came from Toronto, flight was from there, he was telling me that what Sant Sujan Singh Maharaj told a story, and I am sharing it with you. I think I'm going over and within few minutes. Heere jaisa janm hai. Sa Sangha ji, a king. Thoda gaur karna. Went into a forest and lost his way. Went for hunting and lost his way, and he was so exhausted, so thirsty, so exhausted, very tired. About to die when he found somebody, a woodcutter from the jungle. A glass pani, say, I want a water, please, some water. And that woodcutter gave him a glass of water. After drinking that glass of water, oh, I was about to die had I not had the water. What do you want? What do you do? Kanda, I am a woodcutter. What do you want? I am the king. And you know, the petty people, they don't have any petty desires. He was such a simple man. Say, Badshah, just tell these people to cut the wood from their jungles. They won't let me cut the woods from their jungles. Mainu lakdiyan nahi kattan dende. King said, now I will give you, this whole forest is yours from today. And that petty man, you know, he had the knowledge of, just like my knowledge, we people, hum agyan, ignorant, alapamat, with a very low knowledge. What he did, he was a lakadhara, used to burn the woods to make them coal, you know, and to sell it in the bazaar. And he also started cutting that wood and making it coal and selling in the bazaar. And you know, well, but one day he was maybe sick or something, he didn't make it a coal, and in the same way the woods, he said, I would take these woods as they are to the market. So today when he brought these woods to the market, a very rich man, a seth, came there. And when he saw those woods, say, how much you want for that? Kanda ji, jo aap marji de de. Whatever you want to give me, I would accept it. Seth said, okay, 500 rupees. 500? And he was very surprised, but said, okay, the Seth thought maybe he's hesitating. He said, okay, 1,000. And he was surprised and said, okay, 1,500. He took that money and he was, oh God, Seth said, this is the sandalwood, a chandan hai. ਜਿਹਨੂੰ ਤੂੰ ਕੋਲੇ ਕਰਕੇ ਵੇਚਦਾ ਰਿਹਾ ਕੋਲੇ ਕਰਕੇ ਵੇਚਦਾ ਰਿਹਾ ਸਾਡੀ ਜ਼ਿੰਦਗੀ ਵੀ ਸਾਧ ਸੰਗਤ ਜੀ ਹੋ ਅਸੀਂ ਕੋਲੇ ਕਰੀ ਜਾਂਦੇ ਹਾਂ ਆਪਣੀ ਜ਼ਿੰਦਗੀ ਨੂੰ ਮਿਲਿਆ ਸਾਨੂੰ ਚੰਦਨ ਸੀ ਪਰ ਮਨ ਮੇਰੇ ਭੁੱਲੇ ਖਪਟ ਨਾ ਕੀਜੇ ਮਿਲਿਆ ਸਾਨੂੰ ਚੰਦਨ ਸੀ ਪਰ ਅਸੀਂ ਕੋਲੇ ਕਰ ਕਰਕੇ ਵੇਚ ਦਿੱਤੇ ਹੁਣ ਤੇ ਖਤਮ ਹੋ ਗਈ ਪਰ ਸਾਧ ਸੰਗਤ ਜੀ ਹੋ ਆਪ ਜੀ ਨੂੰ ਬਹੁਤ ਬਹੁਤ ਵਧਾਈ ਜਿਹੜੇ ਆਪ ਯੂ ਕਮ ਹੀਅਰ ਟੂ ਸੱਚ ਅ ਗ੍ਰੇਟ ਇਨਵਾਇਰਮੈਂਟ ਸੱਚ ਅ ਬਿਊਟੀਫੁਲ ਗੁਰਦੁਆਰਾ ਐਂਡ ਸੋ ਮੱਚ ਸੱਚ ਅ ਗੁੱਡ ਸਰਵਿਸ ਹੀਅਰ I am thankful to all of you. Pai Sahib, again to you. And Satsangha ji, all of you. Aao kirtan di samapti kariye. Pula chukka di ghama hai. Jiske thaade tar naya khas. Katat jiska hai parga. Jis marat patat punit ho. Ant kal phir phir na roe. Ram Ram bol Ram. Ram Ram ko Ram Ram Sagal taram me utam taram Karma kartut ke upar taram Jisko chahe sur nar de Jisko chahe जिसको चाहे सुर नर दे जिसको चाहे सुर नर दे जिसको चाहे सुर नर दे संत सभा की
लगो से राम 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 बो राम राम आदि पुरख जिस की आदान आदि पुरख जिस किसको मिले आ हर निधान किसको मिले आ किसकी गत मित कहीं न जाए किसकी गत मित कहीं न जाए आखो किसकी गत मित कहीं न जाए किसकी गत मित नानक जान हर हर त्याए राम 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 सत्संग जी मैनू महिंदर प्रताप सिंह ने याद करवाया मेरा टाइम डेढ़ बजे तक का पाँच मिनट है न्याले हाँ जी क्योंकि संगत में बैठ के मैं डर लगता मैं टाइम ज़्यादा लै गया तो घर में मैं लगता मैं कुछ करता नहीं है ना तो पर सत्संग जी नहीं मैं मैनू हूँ राम राम से गल याद आई एक राग गौंड है गुरु ग्रंथ साहब का राग है मैं दो तुक्का उस दियाँ भी सुन लो क्योंकि राग गौंड संत जन मिल बोलो राम संत जन बोलो राम संत जन मिल ताही अज राम राम दी गल है मैनू गाउण याद आ गया संत जना मिल बोलो राम जे संत जना नाल बोलोगे तो फिर राम ही राम हो जाएगा संता नाल बैठ के संगत विच बैठ के आखो सारे बोलो 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 संत जना बोलो राम संत जना आखो संत जना मिल बोलो राम महला पंजुआ बोलो राम संत जना बोलो नाम सबते निर्मल पूरन काम सबते निर्मल पूरा सबते निर्मल पूरन काम संत जना मिल बोलो बोलो संत जना मिल बोलो बोलो संत जना मिल बोलो संत जना मिल बोलो ना संत सबते निर्मल पूरन का सबते निर्मल पूरन का संत जना मिल बोलो ना संत जना मिल बोलो ना संत जना मिल बोलो ना संत जना बोलो ना संत जना
संग कर व्योहार नाम 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 प्राण यदा नाम कीर्तन गाए राम 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 कीर्तन गाए रमत राम सब रया समान बोलो राम संत जन बोलो राम संत जन बोलो राम संत जन बोलो राम संत जनम लभो राम सबते निर्मल पूरन काम सबते निर्मल पूरन काम संत जनम लभो संत जनम मान संत जनम ਸੰਗਤ ਜੀਓ ਇਸ ਦੁੱਖ ਦਾ ਵੀ ਹੁਣ ਕਹਿੰਦੇ ਹਨ ਮਾਈਕ 'ਚ ਗਾਵੋ ਜਦੋਂ ਇਹੋ ਜਿਹਾ ਤਬਲਾ ਹੋਵੇ ਕਿੱਥੇ ਸਮਝ ਲੱਗਦੀ ਹੈ ਕਿਉਂਕਿ ਐਸਾ ਸਖਤ ਵਜਾ ਰਹੇ ਹਨ ਧਿਆਨ ਇਹ ਸਤਸੰਗ ਤਲਵਾਰ ਦੀ ਤਾਰ ਹੁੰਦਾ ਹੈ ਗਾਣਾ ਵਜਾਣਾ ਗਏ ਤੇ ਉਹ ਗਏ ਸੰਤ ਜਨਾ ਮਿਲ ਬੋਲੋ ਰਾਮ ਸਾਧ ਸੰਗਤ ਜੀਓ ਰਾਮ ਰਾਮ ਸੰਗ ਕਰ ਵਿਵਹਾਰ ਇਹ ਵੀ ਤੁਕ ਸੁਣ ਲਓ ਕਿ ਆਰ ਯੂ ਓਨਲੀ ਡੀਲਿੰਗ ਸ਼ੁੱਡ ਬੀ ਵਿਦ ਦਾ ਰਾਮ ਆਲ ਯੂਅਰ ਡੀਲਿੰਗਸ राम राम संकर व्यवहार राम 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 प्राण आधार वाहेगुरु इज द स्पोर्ट ऑफ माई लाइफ राम 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 कीर्तन गाए सिंग द कीर्तन ऑफ राम ऑलवेज रमत राम राम इज प्रवेडिंग एवरीवेयर दैट वाहेगुरु इज राम इज प्रवेडिंग एवरीवेयर संत जना ओनली विद द साथ संगत विद द सेंटली पीपल व्हाट यू शुड से आखो सारे राम संत जना मिल बोलो राम सब ते निर्मल द मोस्ट इमेक्यूलेट एंड परफेक्ट परफेक्ट प्रोफेशन इज व्हाट द प्रोफेशन ऑफ राम संत जना मिल बोलो राम सब ते निर्मल द मोस्ट इमेक्यूलेट सब ते निर्मल पूरन परफेक्ट काम द प्रोफेशन द राम वाहिगुरु प्रोफेशन जड़ा बाबे नानक ने कीता भाई मरदाना जी ने कीता गुरु नानक नू सज्जन ठग ने पूछा बाबा मैनू तो कहना कीर्त कमाई कर तू केड़ी कमाई करना तू तो तुरिया फिरना ਤੁਸੀਂ ਕਿਹੜੀ ਕਿਰਤ ਕਰਦੇ ਹੋ ਬਾਬਾ ਜੀ ਮੈਨੂੰ ਕਹਿੰਦੇ ਹੋ ਕੰਮ ਕਰੋ ਅਤੇ ਅੱਗੋ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਸੱਜਣਾ ਜਿਹੜਾ ਮੈਂ ਜਪਦਾ ਹਾਂ ਇਹ ਮੇਰਾ ਧਰਮ ਹੈ ਅਤੇ ਜਿਹੜਾ ਮੈਂ ਅੱਗੋ ਜਪਾਉਣਾ ਹਾਂ ਇਹ ਮੇਰੀ ਧਰਮ ਦੀ ਕਿਰਤ ਹੈ ਸੋ ਸਤਸੰਗ ਜੀਓ ਗੁਰੂ ਆਪ 'ਤੇ ਕਿਰਪਾ ਕਰੇ ਆਪ ਨੂੰ ਵੀ ਇਸ ਕਿਰਤ ਨੂੰ ਤੁਸੀਂ ਵੀ ਆਪਣਾ ਆਰਾਮ ਦਾ ਕੰਮ ਜਿਹੜਾ ਹੈ ਸਭ ਤੋਂ ਹੁਣੇ ਭਾਈ ਸਾਹਿਬ ਕਿਆ ਕਹਿ ਰਹੇ ਸਨ ਨਾ ਸੋ ਕਿਉਂ ਵਿਸਰੇ ਮੇਰੀ ਮਾਏ ਹਾਓ ਕੈਨ ਆਈ ਫੋਰਗੈਟ ਦੈਟ ਵਾਹਿਗੁਰੂ ਓ ਮਾਈ ਮਾਮ ਸੋ ਕਿਉਂ ਵਿਸਰੇ ਆਖਾ ਜੀਵਾਂ ਕਹਿਣਾ ਤੇ ਜੀਨਾ ਤੇ ਨਾ ਆਖਾਂ ਤੇ ਮਰ ਜਾਂਦਾ ਹਾਂ ਗੁਰੂ ਨਾਨਕ ਸਾਡੇ ਚੋਲੀ ਵਿੱਚ ਖੈਰ ਪਾਏ ਸਾਡਾ ਜੀਵਨ ਇਸੇ ਤਰ੍ਹਾਂ ਹੀ ਗੁਜ਼ਰ ਜਾਏ ਆਓ ਭਾਈ ਸਾਹਿਬ ਕਹਿ ਰਹੇ ਨੇ ਜੀ ਇਹ ਕਹਿ ਦਿਓ ਦਿਲ ਵੋ ਆਬਾਦ ਨਹੀਂ ਜਿਸ ਦਿਲ ਮੈਂ ਤੇਰੀ ਯਾਦ ਨਹੀਂ ਹੈ ਵੋ ਕਾਫਿਰ ਜੋ ਤੇਰੇ ਇਸ਼ਕ ਮੈਂ ਬਰਬਾਦ ਨਹੀਂ बस्ती वो बस्ती नहीं शहर वो आबाद नहीं अरे घर वो क्या क्या घर वो क्या घर है जिस घर में तेरी याद नहीं बोला चुका दी खिमा बख्शना और सत्संग जी हो आप जी आया करो गुरुद्वारे विच ए नहीं कि सिर्फ इतवारी सिख हो जाना है या फ्राइडे सिख हाँ जी कौन सिख है जी कहना जी मैं इतवारी सिख हाँ ना ना फ्राइडे सिख होवो ना इतवारी सिख होवो ਪਰ ਵਾਹਿਗੁਰੂ ਤੁਹਾਡੀਆਂ ਕਿਰਤ ਕਮਾਈਆਂ ਵਿੱਚ ਵੀ ਵਾਧੇ ਕਰੇ ਮੈਨੂੰ ਪਤਾ ਅਮਰੀਕਾ 'ਚ ਰਹਿ ਕੇ ਸਭ ਕੁਝ ਕਿਤੇ ਸਭ ਕੁਝ ਭੁੱਲ ਜਾਂਦਾ ਗੁਰਦੁਆਰਾ ਵੀ ਭੁੱਲ ਜਾਂਦਾ ਹੈ ਘਰ 'ਚ ਜਾ ਕੇ ਕਦੀ ਕਦੀ ਕਹੀਦਾ ਨਾ ਜਨਾਨੀ ਆ ਕੇ ਕਹਿੰਦੀ ਹੈ ਜਨਾਨੀ ਨੂੰ ਕਹੋ ਚਾਹ ਬਣਾ ਦੇ ਕਹਿੰਦੀ ਹੈ ਤੁਹਾਡੇ ਹੱਥ ਟੁੱਟੇ ਹਨ ਸਾਰੀ ਦਿਹਾੜੀ ਮੈਂ ਕੰਮ ਕਰਕੇ ਆਈ ਹਾਂ ਇਹ ਤਾਂ ਜ਼ਿੰਦਗੀ ਇਹੋ ਜਿਹੀ ਹੈ ਸਾਧ ਸੰਗਤ ਜੀ ਉਹ ਸੱਚਾਈ ਹੈ ਤੋ ਲੈਟਸ ਨਾਟ ਇਹ ਰਿਐਲਿਟੀ ਨੂੰ ਨਾ ਅਸੀਂ ਭੁੱਲੀਏ ਕਿਉਂਕਿ ਆਪ ਥੱਕੀ ਆਉਂਦੀ ਹੈ ਕੰਮ ਦੀ
ਤੇ ਉਹ ਕਹਿੰਦੀ ਆ ਵੀ ਆਪ ਕਰ ਲੈ ਇੱਥੇ ਤੇ ਕਿੱਥੇ ਕੋਈ ਕਿਸੇ ਨੂੰ ਕੁਝ ਸੁਝਦਾ ਨਾਲੇ ਮੈਨੂੰ ਕਹਿਣ ਲੱਗੇ ਭਾਈ ਸਾਹਿਬ ਤੁਹਾਡੀ ਤੁਸੀਂ ਬੜੇ ਚੇਂਜ ਹੋ ਗਏ ਹੋ ਆਪਣੀ ਜਵਾਨੀ 'ਚ ਹੁਣ ਬੜੇ ਤੁਸੀਂ ਨਿਮਰਤਾ 'ਚ ਆ ਗਏ ਮੈਂ ਕਿਹਾ ਕਰਾਂ ਕਿ ਜਨਾਨੀ ਨੇ ਬੋਰਡ ਲਿਖਿਆ ਹੁੰਦਾ ਭਾਂਡੇ ਧੋਣੇ ਹਨ ਸਫਾਈ ਕਰਨੀ ਹੈ ਹੋਵਰ ਮਾਰਨਾ ਬਰਤਨ ਪਾਉਣੇ ਨਹੀਂ ਆਉਂਦਿਆਂ ਆਵਾਂ ਤਾਂ ਕੱਪੜੇ ਪਾਉਣੇ ਨਹੀਂ ਉੱਤੋਂ ਲੈ ਕੇ ਆਉਣੇ ਨਹੀਂ ਥੱਲਿਓਂ ਮਸ਼ੀਨਾਂ 'ਚੋਂ ਮੈਂ ਕਿਹਾ ਮੈਂ ਨਿਮਰਤਾ ਤਾਂ ਮੈਨੂੰ ਆਪਣੇ ਆਪ ਹੀ ਆਉਣੀ ਸੀ ਸਤਿ ਸ੍ਰੀ ਅਕਾਲ ਚੁੱਕਾਂ ਲਿਖੀ ਮੈਂ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।